ਹੈਲੋ ਸਟੂਡੈਂਟਸ ਐਂਡ ਵੈਲਕਮ ਟੂ ਮਾਈ ਚੈਨਲ ਮੀਟ ਸਰ ਮੈਥਸ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡੇ ਜਿਹੜੇ ਫਾਈਨਲ ਦੇ ਜਿਹੜੇ ਪੇਪਰ ਨੇ ਉਹ ਵਧੀਆ ਚੱਲਦੇ ਹੋਣਗੇ ਉਹਨਾਂ ਦੀ ਤਿਆਰੀ ਦੇ ਲਈ ਹੀ 11ਵੀਂ ਕਲਾਸ ਦੇ ਲਈ ਕੰਪਿਊਟਰ ਸਾਇੰਸ ਦਾ ਜੋ ਪੇਪਰ ਹੈ ਉਸ ਦੇ ਲਈ ਇੱਕ ਸੈਂਪਲ ਪੇਪਰ ਕਰਾਂਗੇ ਸੋਲ ਅੱਗੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਨੋਟੀਫਿਕੇਸ਼ਨਸ ਤੇ ਟੈਪ ਕਰ ਦਿਓ ਤਾਂ ਕਿ ਸਾਡੀਆਂ ਸਾਰੀਆਂ ਲੇਟੈਸਟ ਵੀਡੀਓਜ਼ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਹਿਣ ਹਾਂਜੀ ਪਹਿਲਾ ਪ੍ਰਸ਼ਨ ਹੈ ਇਹ ਜਾਣਕਾਰੀ ਦਾ ਸੰਗ੍ਰਹਿ ਹੈ ਜਿਸ ਦੀ ਵਰਤੋਂ ਇੰਟਰਨੈਟ ਰਾਹੀਂ ਕੀਤੀ ਜਾਂਦੀ ਹੈ ਵੈਬ ਸੌਫਟਵੇਅਰ ਜਾਂ ਹੋਰ ਕੰਪਿਊਟਰ ਅਧਾਰਿਤ ਸਮੱਗਰੀ ਦੀ ਕਾਪੀ ਕਰਕੇ ਅੱਗੇ ਵੇਚਣ ਨੂੰ ਕੀ ਕਿਹਾ ਜਾਂਦਾ ਹੈ ਪਾਇਰੇਸੀ ਕੰਪਿਊਟਿੰਗ ਵਿੱਚ ਡੈਸ਼ ਇੱਕੋ ਕੰਪਿਊਟਰ ਚਾਲੂ ਕਰਨ ਦੀ ਪ੍ਰਕਿਰਿਆ ਹੈ ਬੂਟਿੰਗ ਕਿਹੜੀ ਭਾਸ਼ਾ ਬਿਨਾ ਕਿਸੇ ਟ੍ਰਾਂਸਲੇਸ਼ਨ ਦੇ ਕੰਪਿਊਟਰ ਦੁਆਰਾ ਸਿੱਧੀ ਸਮਝੀ ਜਾਂਦੀ ਹੈ ਮਸ਼ੀਨ ਭਾਸ਼ਾ ਹੇਠ ਲਿਖਿਆਂ ਵਿੱਚੋਂ ਕਿਹੜੀ ਆਈਡੈਂਟੀਫਾਇਰ ਦੀ ਸਹੀ ਉਦਾਹਰਣ ਨਹੀਂ ਹੈ ਪਰਸੈਂਟੇਜ ਮਾਰਕਸ ਕਿਹੜਾ ਆਪਰੇਟਰ ਕੇਵਲ ਇੱਕ ਹੀ ਆਪਰੈਂਡ ਉੱਪਰ ਕੰਮ ਕਰਦਾ ਹੈ ਯੂਨਰੀ ਹਾਂਜੀ ਸੋ ਅੱਗੇ ਜਾਣ ਤੋਂ ਪਹਿਲਾਂ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਬਈ ਅੱਗੇ ਖਾਲੀ ਥਾਵਾਂ ਡੈਸ਼ ਦਾ ਡਿਜ਼ਾਈਨ ਸਧਾਰਨਤਾ ਇੱਕਸਾਰ ਹੋਣਾ ਚਾਹੀਦਾ ਹੈ ਇਹ ਚੈੱਕ ਕਰ ਲਿਓ ਬਈ ਅਗੇ ਡੈਸ਼ ਇੱਕ ਵੈਬ ਆਧਾਰਿਤ ਉਪਕਰਨ ਹੈ ਜੋ ਉਪਭੋਗਤਾਵਾਂ ਨੂੰ ਵorld-wide web ਤੇ ਜਾਣਕਾਰੀ ਲੱਭਣ ਦੇ ਯੋਗ ਬਣਾਉਂਦਾ ਹੈ ਸਰਚ ਇੰਜਣ ਐਂਟੀਵਾਇਰਸ ਸਾਫਟਵੇਅਰ ਸਾਡੇ ਕੰਪਿਊਟਰ ਨੂੰ ਵਾਇਰਸਾਂ ਤੋਂ ਸੁਰੱਖਿਅਤ ਕਰਦਾ ਹੈ ਫੌਂਟ ਟਾਈਪ ਫੇਸ ਅਤੇ ਹੋਰ ਗੁਣਾਂ ਦਾ ਸਮੇਲ ਹੈ ਜਿਵੇਂ ਕਿ ਆਕਾਰ ਪਿੱਚ ਅਤੇ ਸਪੇਸਿੰਗ ਹੈਡਰ ਫਾਈਲ ਦੀ ਐਕਸਟੈਂਸ਼ਨ .h ਆਪਰੇਂਡਜ਼ ਉਹ ਡਾਟਾ ਆਈਟਮਜ਼ ਹੁੰਦੀਆਂ ਹਨ ਜਿਨ੍ਹਾਂ ਉੱਪਰ ਆਪਰੇਟਰਜ਼ ਆਪਣਾ ਕੰਮ ਕਰਦੇ ਹਨ हां जी फुल फॉर्म लिखनी HTML, Language, URL, Uniform, Locator, System, DBA, Database, है एचटीएमएल हाइपर टेक्स्ट मार्कअप लैंग्वेज यूआरएल यूनिफॉर्म रिसोर्स लोकेटर ओएस ऑपरेटिंग सिस्टम डीबीए डेटाबेस एडमिनिस्ट्रेटर वकव के विद्यार्थियों के संबंधित रिकॉर्ड दे इकट्ठा ਨੂੰ ਡਾਟਾਬੇਸ ਮੰਨਿਆ ਜਾ ਸਕਦਾ ਹੈ ਸਹੀ ਹੈ ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਹਾਰਡਵੇਅਰ ਹੈ ਗਲਤ ਹੈ ਇਹ ਇੱਕ ਸੌਫਟਵੇਅਰ ਹੁੰਦਾ ਹੈ ਇਹੜਾ ਭਾਗ ਵੈਬਸਾਈਟ ਡਵੈਲਪਮੈਂਟ ਦੇ ਵਕ ਵਕ ਪੜਾ ਕੀ ਹਨ ਜਾਂ ਫਿਰ ਐਚਟੀਐਮਐਲ ਡਾਕੂਮੈਂਟ ਦੇ ਬੰਦਤਰ ਲਿਖੋ ਇਹਦਾ ਆਨਸਰ ਤੁਸੀਂ ਨੋਟਸ ਤੋਂ ਪ੍ਰਪੇਅਰ ਕਰਨਾ ਹੈ ਭਈ ਔਨਲਾਈਨ ਸਰਚ ਵਿੱਚ ਕੋਟੇਸ਼ਨ ਮਾਰਕਸ ਦੀ ਕੀ ਵਰਤੋਂ ਹੈ ਜਾਂ ਗੂਗਲ ਸਰਚ ਇੰਜਨ ਦੀ ਵਿਆਖਿਆ ਕਰੋ ਹਾਂਜੀ ਗੂਗਲ ਦਾ ਜਿਹੜਾ ਸਰਚ ਇੰਜਨ ਆ ਉਹਦੇ ਵਿੱਚ ਆਪਾਂ ਕੋਈ ਵੀ ਚੀਜ਼ ਲੱਭਣੀ ਹੈ ਨੈਟ ਦੇ ਉੱਪਰੋਂ ਤਾਂ ਉਹਦੇ ਵਿੱਚ ਆਪਾਂ ਭਰ ਕੇ ਸਰਚ ਕਰਾਂਗੇ ਤਾਂ ਗੂਗਲ ਜਿਹੜਾ ਵੱਖ-ਵੱਖ ਵੈਬਸਾਈਟਸ ਦੇ ਥਰੂ ਰਨ ਕਰਕੇ ਜਿਹੜੀ ਸਾਨੂੰ ਇਨਫੋਰਮੇਸ਼ਨ ਚਾਹੀਦੀ ਹੁੰਦੀ ਹੈ ਉਹ ਦਿਖਾ ਦਿੰਦਾ ਸਾਡੀ ਸਕਰੀਨ ਤੇ ਜਾਂ ਉਹਦੇ ਨਾਲ ਰਿਲੇਟਡ ਕਈ ਤਰ੍ਹਾਂ ਦੀਆਂ ਵੈਬਸਾਈਟਸ ਸ਼ੋਅ ਕਰ ਦਿੰਦਾ ਤੇ ਉਸ ਵੈਬਸਾਈਟ ਚੋਂ ਫਿਰ ਅਸੀਂ ਜਿਹੜੀ ਸਾਡੀ ਮਰਜ਼ੀ ਦੀ ਵੈਬਸਾਈਟ ਹੁੰਦੀ ਹੈ ਉਹਨੂੰ ਆਪਾਂ ਖੋਲ੍ਹ ਕੇ ਦੇਖ ਸਕਦੇ ਹਾਂ ਜਾਂ ਫਿਰ ਜੇਕਰ ਆਪਾਂ ਕੋਈ ਫੋਟੋ ਲੱਭਣੀ ਹੈ ਤਾਂ ਤਾਂ ਵੀ ਉਹਨੂੰ ਆਪਾਂ ਉੱਪਰ ਇਮੇਜ ਤੇ ਸਿਲੈਕਟ ਕਰ ਲਾਂਗੇ ਤਾਂ ਉੱਥੋਂ ਸਾਨੂੰ ਉਹਦੇ ਨਾਲ ਰਿਲੇਟਡ ਫੋਟੋਆਂ ਜਾਂ ਇਮੇਜਸ ਦਿਖਾ ਦਿੰਦਾ ਇਸ ਤਰ੍ਹਾਂ Google ਸਰਚ ਇੰਜਨ ਦੇ ਵਿੱਚ ਅਸੀਂ ਕੋਈ ਵੀ ਸਰਚ ਕਰਦੇ ਹਾਂ ਅੱਗੇ DBMS ਵਰਕਿੰਗ ਬਾਰੇ ਲਿਖੋ ਆਪਣੇ ਨੋਟਸ ਤੋਂ ਪ੍ਰਪੇਅਰ ਕਰ ਲੈਣਾ ਬਈ ਕੀਵਰਡਸ ਕੀ ਹੁੰਦੇ ਨੇ ਅੱਗੇ ਕੰਡੀਸ਼ਨਲ অপারেਟਰਸ ਨੂੰ ਪਰਭਾਸ਼ਿਤ ਕਰੋ ਈੜੀ ਭਾਗ ਹੈ ਸਾਈਬਰ ਹਮਲਿਆਂ ਦੇ ਕਾਰਨਾਂ ਦੀ ਵਿਸਥਾਰ ਸਹਿਤ ਵਿਆਖਿਆ ਕਰੋ ਜਾਂ IT Act 2000 ਕੀ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਅੱਗੇ ਭਾਸ਼ਾ ਟਰਾਂਸਲੇਟਰ ਕੀ ਹੁੰਦੇ ਹਨ ਕਿਸੇ ਇੱਕ ਟਰਾਂਸਲੇਟਰ ਦੀ ਵਿਆਖਿਆ ਕਰੋ ਜਾਂ ਐਲਗੋਰਿਦਮ ਕੀ ਹੁੰਦਾ ਹੈ ਉਹਨਾਂ ਵੱਖ-ਵੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਜੋ ਇੱਕ ਐਲਗੋਰਿਦਮ ਵਿੱਚ ਹੋਣੀਆਂ ਚਾਹੀਦੀਆਂ ਹਨ ਸੋ ਇਹ ਜਿਹੜੇ ਕੁਐਸਚਨਸ ਨੇ ਇਹਨਾਂ ਦੇ ਆਨਸਰ ਤੁਸੀਂ ਆਪਣੇ ਨੋਟਸ ਦੇ ਵਿੱਚੋਂ ਪ੍ਰਪੇਅਰ ਕਰਨੇ ਨੇ ਬਈ ਏਸੀਜੀ 11th ਕਲਾਸ ਦੇ ਸਟੂਡੈਂਟਸ ਲਈ ਪੰਜਾਬੀ ਦੇ ਵਿੱਚ ਉਹਨਾਂ ਦੇ ਕੰਪਿਊਟਰ ਦੇ ਪੇਪਰ ਲਈ ਇੱਕ ਸੈਂਪਲ ਪੇਪਰ ਤੇ ਹੁਣ ਇਹਦਾ ਇੰਗਲਿਸ਼ ਵਰਜ਼ਨ ਵੀ ਆਪਾਂ ਦੇਖ ਲੈਨੇ ਆ ਸੋ ਇੰਗਲਿਸ਼ ਵਰਜ਼ਨ ਦੇ ਵਿੱਚ ਇੰਗਲਿਸ਼ ਮੀਡੀਅਮ ਸਟੂਡੈਂਟਸ ਲਈ ਪਹਿਲਾ ਕੁਐਸਚਨ ਆ ਰਿਹਾ ਆਨਸਰ ਡੀ ਹੈ ਦੂਜੇ ਦਾ ਆਨਸਰ ਸੀ ਹੈ ਤੀਜੇ ਦਾ ਬੂਟਿੰਗ ਚੌਥੇ ਦਾ ਮਸ਼ੀਨ ਲੈਂਗੁਏਜ ਪੰਜਵੇਂ ਦਾ ਵਿਚ ਆਰ ਫੋਲੋਇੰਗ ਇਜ਼ ਅ ਵੈਲਿਡ ਐਗਜ਼ੈਂਪਲ ਆਫ ਆਈਡੈਂਟੀਫਾਇਰ ਬੀ ਅੱਗੇ ਛੇਵੇਂ ਦਾ ਯੂਨਰੀ ਇਹਦਾ ਤੁਸੀਂ ਦੇਖਿਆ ਹੈ ਬੀ ਇਹਦੇ ਵਿੱਚ ਸਰਚ ਇੰਜਨ ਅਗਲੇ ਦੇ ਵਿੱਚ ਵਾਇਰਸਸ ਅਗਲੇ ਚ ਫੌਂਟ ਫਾਈਲ ਐਕਸਟੈਂਸ਼ਨ .h ਆਪਰੈਂਸ ਅੱਗੇ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਯੂਆਰਐਲ ਦੀ ਯੂਨੀਫਾਰਮ ਰਿਸੋਰਸ ਲੋਕੇਟਰ ऑपरेटिंग सिस्टम ओ एस दीबीए डेटाबेस एडमिनिस्ट्रेटर अगला ट्रू है, है अगला फॉल्स है देन वेरियस वेबसाइट डेवलपमेंट फेजेस लिखनी है, या फिर राइट द बेसिक स्ट्रक्चर ऑफ एच नेक्स्ट क्वेश्चन इज वट इज यूज ऑफ कोटेशन मार्क्स इन ऑनलाइन सर्च और एक्सप्लेन गूगल सर्च इंजन अगे डिफाइन अबाउट डेटा डी बी एम एस वर्किंग वट आर कीवर्डज डिफाइन कंडीशनल ऑपरेटर आर्ट सी डिस्क्राइब द कोजेज ऑफ साइबर टैक्स इन डिटेल और वट इज़ आई टी एक्ट टू थाउजेंड एंड टू थाउजेंड डिस्क्राइब इट्स फीचर्स नेक्स्ट वन इज वट आर लैंग्वेज ट्रांसलेटर्स एक्सप्लेन एनी वन ट्रांसलेटर इन डिटेल और वट इज़ एल्गोरिदम एक्सप्लेन द डिफरेंट फीचर्स दैट एन एल्गोरिदम शुड हैव सो ए सी कु मिला के अंबीटर दैंपल पेपर मेरे वाल बेस्ट विशेज ने भी वजी तैयारी करके वजिए मार्क्स लो वीडियो लाइक करना जरूर ਕਮੈਂਟ ਕਰਨਾ ਤੇ ਸ਼ੇਅਰ ਵੀ ਕਰ ਦੇਣਾ ਆਪਣੇ ਹੋਰ ਫਰੈਂਡਸ ਤੇ ਸਟੂਡੈਂਟਸ ਦੇ ਨਾਲ